ਆਪਾਂ ਚੈਪਟਰ ਨੰਬਰ 6 ਲਾਈਨਸ ਐਂਡ ਐਂਗਲਸ ਰੇਖਾਵਾਂ ਤੇ ਕੋਣ ਦਾ ਐਕਸਰਸਾਈਜ਼ 6.2 ਦਾ ਪਹਿਲਾ ਕੁਐਸਚਨ ਕਰੋ। ਕੀ ਹੈ ਪਹਿਲੇ ਕੁਐਸਚਨ ਚ? ਆ ਡਾਇਗ੍ਰਾਮ ਬਣੀ, ਇਹਦੇ ਚ ਹੁਣ ਤੁਸੀਂ ਮੈਨੂੰ ਦੱਸੋ ਕਿੰਨੀਆਂ ਲਾਈਨਾਂ? ਤਿੰਨ ਲਾਈਨਾਂ ਤੇ ਤਿੰਨ ਇੰਗਲਿਸ਼ ਦੇ ਵੇਰੀਏਬਲ ਦਿੱਤੇ ਆ ਐਕਸ, ਵਾਈ ਤੇ ਜ਼ੈਡ। ਹੁਣ ਇਹਨਾਂ ਵਿੱਚ ਕੀ ਦਿੱਤਾ? ਉਹਨਾਂ ਨੇ ਕਿਹਾ ਪਹਿਲੀ ਗੱਲ ਏ ਬੀ ਪੈਰਲਲ ਸੀ ਡੀ। ਆਹ ਜਿਹੜੀਆਂ ਦੋ ਲਾਈਨਾਂ ਦਾ ਨਿਸ਼ਾਨ ਹੈ, ਇਹਦਾ ਮਤਲਬ ਇੰਗਲਿਸ਼ ਚ ਪੈਰਲਲ, ਪੰਜਾਬੀ ਚ ਸਮਾਂਤਰ। ਕੀ ਆ? ਏ ਬੀ ਵਾਲੀ ਲਾਈਨ ਹੈ, ਆ ਸੀ ਡੀ ਵਾਲੀ ਲਾਈਨ ਹੈ, ਤੇ ਦੋਵੇਂ ਕੀ ਹੈ? ਸਮਾਂਤਰ। ਹੁਣ ਸਮਾਂਤਰ ਜਾਂ ਪੈਰਲਲ ਦਾ ਮਤਲਬ ਕੀ ਹੁੰਦਾ? ਕਿ ਹਰ ਜਗ੍ਹਾ ਤੇ ਇਹਨਾਂ ਦੇ ਵਿਚਕਾਰਲੀ ਦੂਰੀ ਕੀ ਹੋਊਗੀ? ਬਰਾਬਰ। ਇਹਦੀ ਐਗਜ਼ਾਮਪਲ ਜਿਹੜੀ ਹੈ ਰੇਲਵੇ ਲਾਈਨ, ਰੇਲਵੇ ਲਾਈਨ ਤੁਸੀਂ ਦੇਖ ਲਓ ਜਿੱਥੇ ਮਰਜ਼ੀ ਚਲ ਜਾਓ, ਉਹਨਾਂ ਦਾ ਬਰਾਬਰ ਡਿਸਟੈਂਸ ਜਿਹੜਾ ਹੁੰਦਾ, ਦੂਰੀ ਬਰਾਬਰ ਹੁੰਦੀ ਹੈ ਨਾ, ਹੁੰਦੀ ਹੈ ਨਾ। ਜੇ ਥੋੜੀ ਜੀ ਵੀ ਐਵੇਂ ਟੇਢੀ ਹੋਈ ਤਾਂ ਰੇਲਵੇ ਪਟੜੀ ਜਿਹੜੀ ਟ੍ਰੇਨ ਆ ਉਹ ਤਾਂ ਉਤਰ ਜੂਗੀ, ਉਤਰ ਜੂਗੀ ਨਾ। ਇਸ ਕਰਕੇ ਇਹ ਬਹੁਤ ਵਧੀਆ ਐਗਜ਼ਾਮਪਲ ਹੈ ਪੈਰਲਲ ਲਾਈਨ ਦੀ, ਰੇਲਵੇ ਪਟੜੀ। ਸਮਝ ਲੱਗ ਗਈ? ਐਵੇਂ ਉਹਨਾਂ ਨੇ ਕਿਹਾ ਸੀ ਡੀ ਪੈਰਲਲ ਈ ਐਫ ਦੇ, ਯਾਨੀ ਕਿ ਆਹ ਦੋ ਲਾਈਨ ਆਪਸ ਪੈਰਲਲ ਹੈ, ਆਹ ਦੋ ਲਾਈਨਾਂ ਪੈਰਲਲ ਹੈ। ਇਸ ਹਿਸਾਬ ਨਾਲ ਏ ਬੀ ਵੀ ਈ ਐਫ ਦੇ ਕੀ ਹੋ ਜੂਗੀ? ਪੈਰਲਲ, ਪੈਰਲਲ ਹੈ, ਕਿਉਂਕਿ ਪੈਰਲਲ ਪੈਰਲਲ ਹੈ ਤਾਂ ਪੈਰਲਲ ਹੋਗੀ ਸਮਾਂਤਰ। ਉਹੀ ਜਿਹੜਾ ਆਪਾਂ ਪਹਿਲਾਂ 6.1 ਚ ਸਵਾਲ ਕੀਤਾ ਸੀ ਅਰਸ਼, ਵਾਈ ਅਨੁਪਾਤ ਜ਼ੈਡ, ਵਾਈ ਰੇਸ਼ੋ ਜ਼ੈਡ ਕਿੰਨਾ ਦਿੱਤਾ? 3:7। ਹੁਣ ਇਹਦੇ ਚ ਆਪਾਂ ਐਕਸ ਪਤਾ ਕਰਨਾ, ਵਾਈ ਤੇ ਜ਼ੈਡ ਦੀ ਰੇਸ਼ੋ ਦਿੱਤੀ ਹੋਈ ਆ, ਉਵੇਂ ਹੀ ਕਰਨਾ ਸੇਮ ਟੂ ਸੇਮ। ਹੁਣ ਤੁਸੀਂ ਮੈਨੂੰ ਦੱਸੋਗੇ ਕਿਵੇਂ ਕਰਨਾ? ਪਹਿਲਾਂ ਇਹਨਾਂ ਚੋਂ ਇੱਕ ਚੀਜ਼ ਕੱਢਾਂਗੇ, ਵਾਈ ਤੇ ਜ਼ੈਡ ਚੋਂ, ਵਾਈ ਤੇ ਜ਼ੈਡ ਚੋਂ ਇੱਕ ਕੱਢ ਲਾਂਗੇ। ਪਰ ਇੱਥੇ ਹੁਣ ਐਕਸ ਤੇ ਵਾਈ ਦਾ ਕੀ ਰਿਸ਼ਤਾ? ਆਪਾਂ ਕੱਢਣਾ ਤਾਂ ਐਕਸ ਹੈ, ਪਰ ਹੁਣ ਵਾਈ ਜ਼ੈਡ ਦੀ ਰੇਸ਼ੋ ਦਿੱਤੀ ਤੇ ਇੱਕ ਵਾਈ ਜਾਂ ਜ਼ੈਡ ਚੋਂ ਮੰਨ ਲਓ ਆਪਾਂ ਵਾਈ ਕੱਢਣ ਲੱਗੇ, ਤੇ ਫਿਰ ਹੁਣ ਐਕਸ ਤੇ ਵਾਈ ਦਾ ਆਪਸ ਦੀ ਰਿਸ਼ਤਾ ਕੀ ਹੈ? ਕੀ ਰਿਸ਼ਤਾ ਹੈ? ਕਿਹੜੇ ਕੋਣ ਬਣਦੇ ਹੈ? ਜਿਹੜੇ ਐਕਸ ਤੇ ਵਾਈ ਹੈ ਉਹ ਲਾਈਨ ਦੇ ਬਿਲਕੁਲ ਇੱਕ ਪਾਸੇ ਹੈ ਦੋਵੇਂ ਕੋਣ, ਤੇ ਹੈ ਵੀ ਦੋਵੇਂ ਅੰਦਰਲੇ ਪਾਸੇ। ਆਹ ਜੇ ਲਾਈਨ ਹੈ ਤੇ ਆਹ ਅੰਦਰਲਾ ਪਾਸਾ ਕਿ ਆਹ ਅੰਦਰਲਾ? ਇਹ ਦੋ ਲਾਈਨਾਂ ਦੇ ਅੰਦਰਲਾ ਪਾਸਾ ਆਉਂਦਾ, ਤਾਂ ਆਹ ਐਕਸ ਤੇ ਵਾਈ ਕੋਣ ਦੋਵੇਂ ਅੰਦਰਲੇ ਪਾਸੇ ਹੈ, ਤੇ ਹੈ ਵੀ ਲਾਈਨ ਦੇ ਟ੍ਰਾਂਸਵਰਸਲ ਦੇ ਇੱਕ ਪਾਸੇ। ਇਹ ਪੈਰਲਲ ਲਾਈਨਸ ਹੈ। ਇਸ ਲਾਈਨ ਨੂੰ ਕਿਹੜੀ ਲਾਈਨ ਕਹਿੰਦੀ ਹੈ? ਟ੍ਰਾਂਸਵਰਸਲ। ਕਿਹੜੀ ਲਾਈਨ? ਪੰਜਾਬੀ ਚ ਕਾਟਵੀਂ ਰੇਖਾ, ਯਾਨੀ ਕਿ ਇੱਕ ਲਾਈਨ ਐਵੇਂ ਹੈ, ਦੂਜੀ ਉਹਨੂੰ ਕੱਟਦੀ ਪਈ ਹੈ, ਐਵੇਂ ਹੀ ਹੈ ਨਾ। ਤਾਂ ਜਿਹੜੀ ਕੱਟਦੀ ਪਈ ਹੈ ਉਹਦੇ ਉੱਪਰ ਜਿਹੜੇ ਦੋ ਕੋਣ ਹੈ ਉਹ ਦੋਵੇਂ ਇੱਕੋ ਪਾਸੇ ਹੈ, ਤੇ ਹੈ ਵੀ ਦੋਵੇਂ ਅੰਦਰ। ਤਾਂ ਇੱਕੋ ਪਾਸੇ ਦੇ ਅੰਦਰਲੇ ਕੋਨਾਂ ਦਾ ਜੋੜ ਹਮੇਸ਼ਾ 180 ਡਿਗਰੀ ਹੁੰਦਾ। ਕਿੰਨਾ ਹੁੰਦਾ? 180। ਹੁਣ ਆਪਾਂ ਕੀ ਕਰਾਂਗੇ? ਆਪਾਂ ਐਕਸ ਤੇ ਵਾਈ ਚੋਂ ਵਾਈ ਕੱਢ ਲਾਂਗੇ ਅਨੁਪਾਤ ਨਾਲ, ਤਾਂ ਉਸ ਤੋਂ ਬਾਅਦ 180 ਚੋਂ ਘਟਾ ਲਾਂਗੇ ਤਾਂ ਆਪਣਾ ਐਕਸ ਦਾ ਮੁੱਲ ਆ ਜੂ। ਠੀਕ ਹੈ ਜੀ। ਹੁਣ ਇੱਥੇ ਕੀ ਕਰਨਾ? ਪਹਿਲਾਂ ਆਪਾਂ ਵਾਈ ਦਾ ਮੁੱਲ ਕੱਢਣ ਲੱਗੇ ਹਾਂ। ਵਾਈ ਬਰਾਬਰ, ਵਾਈ ਦਾ ਕਿੰਨੀ ਹੈ ਰੇਸ਼ੋ? 3 ਵਟੇ ਕੀ ਕਰ ਦਿੰਦੇ? 3 + 7।
ਹੁਣ ਇੱਥੇ ਆਪਾਂ ਦੇਖੋ ਵਾਈ ਤੇ ਜ਼ੈਡ ਦਾ ਦੇਖਣਾ ਵਾਈ ਤੇ ਜ਼ੈਡ ਇਹਨਾਂ ਨੂੰ ਮਿਲਾ ਕੇ 90 ਦਾ ਕੋਣ ਬਣਦਾ ਹੈ ਤੇ 180 ਦਾ 180 ਦਾ ਕਿੰਨੇ ਦਾ 180 ਦਾ ਆ ਕਿੰਨਾ ਆ ਗਿਆ 3 ਵਟੇ 10 ਗੁਣਾ 180 ਜੀਰੋ ਤੋਂ ਜੀਰੋ ਨਾਲ ਕੱਟੀ ਗਈ ਤਾਂ ਵਾਈ ਕਿੰਨਾ ਆ ਗਿਆ 18 ਤੀਆ 54 ਡਿਗਰੀ ਤਾਂ ਹੁਣ ਉਸ ਤੋਂ ਬਾਅਦ ਕੱਢਣਾ ਕੀ ਹੈ ਐਕਸ ਯਾਨੀ ਕਿ 180 ਡਿਗਰੀ ਮਾਈਨਸ ਵਾਈ 180 ਡਿਗਰੀ ਮਾਈਨਸ 54 ਡਿਗਰੀ ਕਿੰਨਾ ਹੋ ਗਿਆ 126 ਲਿਖਣਾ ਵੀ ਹੈ ਐਕਸ ਪਲਸ ਵਾਈ ਬਰਾਬਰ 180 ਡਿਗਰੀ ਇੱਕੋ ਪਾਸੇ ਦੇ ਅੰਦਰ ਲਿਖੋ ਇੱਕੋ ਪਾਸੇ ਦੇ ਅੰਦਰ ਲਿਖੋ ਇੰਗਲਿਸ਼ ਚ ਲਿਖਾਂਗੇ ਐਂਗਲਸ ਔਨ ਵਨ ਸਾਈਡ ਠੀਕ ਹੈ ਜੀ